ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਮੈਂ ਸਰਪ੍ਰੀਤ ਸਿੰਘ, ਪ੍ਰਿੰਸ ਪੰਜਾਬੀ ਟਰੈਵਲਰ ਚੈਨਲ ਉੱਪਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਵਿਜ਼ਿਟ ਕਰਨ ਜਾ ਰਹੇ ਹਾਂ ਪਾਉਂਟਾ ਸਾਹਿਬ ਦੀ ਸਾਹਮਣੇ ਲੱਗਣ ਵਾਲੀ ਸਸਤੇ ਭਾਅ ਦੀ ਮੰਡੀ। ਇਹ ਪਾਉਂਟਾ ਸਾਹਿਬ ਦੀ ਪਲੇਲਿਸਟ ਦੀ ਆਖਰੀ ਵੀਡੀਓ ਹੈ। ਸਾਰੇ ਇਤਿਹਾਸਕ ਸਥਾਨ ਪਾਉਂਟਾ ਸਾਹਿਬ ਵਿਖੇ ਅਸੀਂ ਕਵਰ ਕਰ ਲਏ ਹਨ ਅਤੇ ਪਲੇਲਿਸਟ ਬਣਾ ਦਿੱਤੀ ਹੈ। ਸਾਰੇ ਤੁਸੀਂ ਸਥਾਨ ਸਾਡੇ ਚੈਨਲ ਉੱਪਰ ਜਾ ਕੇ ਦੇਖ ਸਕਦੇ ਹੋ। ਇਸ ਪੁਲ ਦੇ ਨਾਲ ਆਪਾਂ ਚੱਲਾਂਗੇ ਸਬਜ਼ੀ ਮੰਡੀ ਤੱਕ। ਇਹ ਪੁਲ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਯਾਨੀ ਦੋ ਰਾਜਾਂ ਨੂੰ ਜੁਆਇਨ ਕਰਦਾ ਅਤੇ ਯਮੁਨਾ ਨਦੀ ਦੇ ਉੱਪਰ ਇਹ ਪੁਲ ਬਣਿਆ ਹੋਇਆ ਜੀ। ਇਸ ਪੁਲ ਦੇ ਨਾਲ ਹੀ ਯਾਨੀ ਸੱਜੇ ਪਾਸੇ ਇਹ ਸਸਤੇ ਭਾਅ ਦੀ ਮੰਡੀ ਲੱਗਦੀ ਹੈ। ਆਓ ਆਪਾਂ ਇਸ ਮੰਡੀ ਨੂੰ ਵਿਜ਼ਿਟ ਕਰਦੇ ਹਾਂ। ਹੁਣ ਆਪਾਂ ਐਂਟਰ ਹੋ ਚੁੱਕੇ ਹਾਂ ਇਸ ਮੰਡੀ ਦੇ ਵਿੱਚ। ਇਸ ਮੰਡੀ ਨੂੰ ਬਹੁਤ ਹੀ ਵੈਲ ਅਰੇਂਜ ਕੀਤਾ ਗਿਆ। ਤੁਸੀਂ ਆਪਣੀ ਸਕਰੀਨ 'ਤੇ ਦੇਖੋ, ਜਿਹੜੇ ਕੱਪੜੇ ਦੀਆਂ ਦੁਕਾਨਾਂ ਨੇ ਅਤੇ ਫਰੂਟਸ ਦੀਆਂ ਦੁਕਾਨਾਂ ਨੇ, ਸਾਰੀਆਂ ਇੱਕ ਸਾਈਡ ਨੇ। ਜਿਹੜੀ ਪਲਾਸਟਿਕ ਹੋ ਗਈ, ਘਰ ਦੇ ਸਮਾਨ ਲਈ ਜਿਹੜੀ ਨੇਲ ਕਟਰਸ ਜਾਂ ਫਿਰ ਚਾਕੂ ਵਗੈਰਾ, ਘਰੇਲੂ ਵਸਤੂਆਂ, ਇਹ ਸਾਰੀਆਂ ਦੀ ਸਟੋਲਸ ਇੱਕ ਸਾਈਡ ਨੇ। ਖਾਣ ਪੀਣ ਦੀਆਂ ਵਸਤੂਆਂ ਇੱਕ ਸਾਈਡ ਉੱਪਰ ਲਗਾਈਆਂ ਨੇ। ਯਾਨੀ ਬਹੁਤ ਵੈਲ ਅਰੇਂਜਡ ਹੈ ਇਹ ਮੰਡੀ। ਅਤੇ ਸਬਜ਼ੀਆਂ ਦੀ ਦੁਕਾਨਾਂ ਇੱਕ ਪਾਸੇ ਨੇ, ਤੁਸੀਂ ਆਪਣੀ ਸਕਰੀਨ 'ਤੇ ਦੇਖ ਸਕਦੇ ਹੋ। ਬਹੁਤ ਰਸ਼ ਹੈ ਇਸ ਮੰਡੀ ਦੇ ਵਿੱਚ ਅਤੇ ਸਾਰੇ ਜਣੇ ਆਪਣੇ ਲੋੜ ਅਨੁਸਾਰ ਬਹੁਤ ਸਾਰੀ ਸ਼ੋਪਿੰਗ ਕਰ ਰਹੇ ਨੇ। ਤੁਸੀਂ ਆਪਣੀ ਸਕਰੀਨ 'ਤੇ ਦੇਖ ਸਕਦੇ ਹੋ, ਕਾਫੀ ਫਰੈਸ਼ ਸਬਜ਼ੀਆਂ ਨੇ, ਕਾਫੀ ਫਰੈਸ਼ ਫਰੂਟਸ ਨੇ। ਤੁਸੀਂ ਪਾਉਂਟਾ ਸਾਹਿਬ ਆਓ ਤਾਂ ਇਸ ਮੰਡੀ ਨੂੰ ਵਿਜ਼ਿਟ ਕਰ ਸਕਦੇ ਹੋ। ਨੌਕਰੀ ਪੇਸ਼ੇ ਵਾਲੇ ਬੰਦੇ ਲਈ ਬਹੁਤ ਸਸਤੀ ਮਾਰਕੀਟ ਹੈ। ਜਦੋਂ ਆਪਣੇ ਛੁੱਟੀ ਹੋ ਜਾਂਦੀ ਹੈ ਉਹਨਾਂ ਨੂੰ, ਤਾਂ ਇਸ ਮੰਡੀ ਦੇ ਵਿੱਚ ਆਉਂਦੇ ਨੇ ਅਤੇ ਆਪਣੀ ਲੋੜ ਅਨੁਸਾਰ ਜਿਹੜੀ ਉਹਨਾਂ ਨੂੰ ਚੀਜ਼ ਚਾਹੀਦੀ ਹੁੰਦੀ ਹੈ ਉਹ ਉਹਦੀ ਖਰੀਦਦਾਰੀ ਕਰਦੇ ਨੇ। ਇੱਥੇ ਆਪਾਂ ਨੂੰ ਦਾਲਾਂ ਵੀ ਮਿਲ ਜਾਂਦੀਆਂ ਨੇ, ਸੁੱਕੇ ਮਸਾਲੇ, ਸੁੱਕੇ ਮੇਵੇ ਮਿਲ ਜਾਂਦੇ ਨੇ। ਸਾਹਮਣੇ ਹੈ ਜੀ ਗੁਰਦੁਆਰਾ ਸ਼੍ਰੀ ਪਾਉਂਟਾ ਸਾਹਿਬ ਅਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਹੁਣ ਸਸਤੇ ਭਾਅ ਦੀ ਮੰਡੀ ਪਾਉਂਟਾ ਸਾਹਿਬ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਆ। ਆਪਾਂ ਸਭ ਨੇ ਜੀ ਇਸ ਮੰਡੀ ਨੂੰ ਦੇਖ ਲਿਆ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ, ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰਿਓ ਅਤੇ ਚੈਨਲ 'ਤੇ ਜੇਕਰ ਤੁਸੀਂ ਨਵੇਂ ਹੋ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਜੀ। ਹੁਣ ਅਸੀਂ ਮਿਲਾਂਗੇ ਇੱਕ ਨਵੇਂ ਸਥਾਨ 'ਤੇ ਨਵੀਂ ਵੀਡੀਓ ਦੇ ਨਾਲ। ਤਦ ਤੱਕ ਲਈ ਸਾਡੇ ਨਾਲ ਜੁੜੇ ਰਹੋ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੇਕਰ ਤੁਸੀਂ ਹਾਲੇ ਤੱਕ ਨਹੀਂ ਕੀਤਾ। ਅਤੇ ਵੀਡੀਓ ਜੇਕਰ ਤੁਹਾਨੂੰ ਚੰਗੀ ਲੱਗੀ ਦੁਬਾਰਾ ਫਿਰ ਤੋਂ ਲਾਈਕ ਜ਼ਰੂਰ ਕਰਿਓ, ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰਿਓ। ਹੁਣ ਆਪਾਂ ਮਿਲਾਂਗੇ ਨਵੇਂ ਸਥਾਨ 'ਤੇ ਨਵੀਂ ਵੀਡੀਓ ਨਾਲ। ਤਦ ਤੱਕ ਲਈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।